ਜਵਾਨੀਆਂ ਦਾ ਉਹਦੋਂ ਕੌਮ ਦਾ ਹੁੰਦਾ ਭਵੇਖ ਰੋਸ਼ਨ ਹੁੰਦਾ ਬਲੀਦਾਨ ਜਦੋਂ ਬਲੀਦਾਨੀਆਂ ਦਾ ਫਰਜ ਹੈ ਪੰਥ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤੀਕਰ ਕਿਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿਸਾ ਰਹੂ ਕੁਰਬਾਨੀਆਂ ਦਾ ਪੂਰਨ ਤੂੰ ਪ੍ਰਮਾਤਮਾ ਸਰਬ ਤੇਰਾ ਖੇਲਾ ਰੋਮ ਰੋਮ ਮੇਰਾ ਚ ਰਹਿ ਹੋ ਜੈਸੇ ਤੇਲ ਰਮੇਲਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪਰ ਵੇਖੀ ਇਤਹਾਜਰਾ ਲੁਲਬੜੇ ਵਰਕੇ ਖਾਜਰਾਵਾਂ ਕਰ ਦਿਲ ਅੰਦਰ ਐਸਾ ਜਰਾ ਕਿੰਜ ਮੂੜੇ ਵਹਿਣ ਤਫਨਾ ਦੇ ਖਸ ਤਾਰੇ ਮਤੋ ਜੋ ਕੁਰਬਾਨ ਹੋਏ ਤਨ ਜਿਗਰੇ ਮਰਦ ਤਨ ਜਿਗਰੇ ਮਰਦ ਜਵਾਨਾਂ ਦੇ ਜਦ ਇਸ਼ਕ ਦੇ ਪਰਚੇ ਪੈਂਦੇ ਰੇ ਸੰਘਾਸ ਕੇ ਦੁਖੜੇ ਸਹਿੰਦੇ ਰੇ ਪਾਣੇ ਨੂੰ ਮਿੱਠਾ ਕਹਿੰਦੇ ਰੇ ਤਨ ਜਜਬਾ ਇਸ਼ਕ ਮਰੀਦਾਂ ਦਾ ਤਵੀਆਂ ਤੇ ਆਸਨ ਲਾ ਕੇ ਤੇ ਗੁਰੂ ਬਨ ਗਏ ਮੋਢ ਗੁਰੂ ਬਨ ਗਏ ਮੋਢ ਸ਼ਹੀਦਾਂ ਦਾ ਬਣਦੇ ਕੀ ਇਤਿਹਾਸ ਜਰਾ ਲੋ ਲਿਬੜੇ ਵਰਗੇ ਖਾ ਜਰਾ ਕਰ ਦਿਲ ਅੰਦਰ ਐਸਾ ਜਰਾ ਕਿੰਜ ਮੋੜੇ ਵੈਣ ਤਵਾਨਾ ਦੇ ਹਸ ਤਰ ਮਤੋਂ ਜੋ ਕੁਰਬਾਨ ਹੋਏ ਤਨ ਜਿਗਰੇ ਮਰਦ ਤਨ ਜਿਗਰੇ ਮਰਦ ਜਵਾਨਾ ਦੇ ਇਸ਼ਕ ਦੇ ਪਰਚੇ ਪੈਂਦੇ ਰੇ ਸੰਘਾਸ ਕੇ ਦੁਖੜੇ ਸਿੰਦੇ ਰੇ ਬਾਣੇ ਨੂੰ ਮਿੱਠਾ ਕਹਿੰਦੇ ਰੇ ਤਨ ਜਜਬਾ ਇਸ਼ਕ ਮਰੀਦਾਂ ਦਾ ਤਵੀਆਂ ਤੇ ਆਸਣ ਲਾ ਕੇ ਤੇ ਗੁਰੂ ਬਨ ਗਏ ਮੋਢ ਗੁਰੂ ਬਨ ਗਏ ਮੋਢ ਸ਼ੈਤਾਨ ਦਾ ਧਰਮ ਬਚਾਉਣ ਲਈ ਰੋਂਦਿਆਂ ਨੂੰ ਗਲ ਨਾਲ ਲਾਵਣ ਲਈ ਤੇ ਜੀਵਨ ਜਾਂਚ ਸਖਾਵਣ ਲਈ ਖੁਦ ਸੀਸ ਧਰਮ ਤੋਂ ਵਾਰ ਦਿੱਤਾ ਹਿੰਦੂ ਦੇਸ਼ ਦੇ ਡੁੱਬਦੇ ਬੇੜੇ ਨੂੰ ਕਰ ਭਵ ਸਾਗਰ ਚੋਂ ਕਰ ਭਵ ਸਾਗਰ ਚੋਂ ਪਾਰ ਦਿੱਤਾ ਜਦ ਲੱਖਾਂ ਫੌਜਾਂ ਚੜੀਆਂ ਸੀ ਇਕ ਤਾਣ ਮੁਸ਼ਕਲਾਂ ਖੜੀਆਂ ਸੀ ਤੀਰਾਂ ਦੀਆਂ ਲਗੀਆਂ ਚੜੀਆਂ ਸੀ ਸਿੰਘ ਮਾਰ ਰਹੇ ਲਲਕਾਰੇ ਸੀ त کلگی कली तर दमेश पिता हस लाल धर्म तो हस लाल धर्म तो वारे सी उठीत कदीर जॾो ਕਦੀਰ ਜਦੋਂ ਕਰ ਦਿੱਤੀ ਜ਼ੁਲਮ ਅਖੀਰ ਜਦੋਂ ਨਹੀਂ ਠਿੜਕੇ ਦੋਵੇਂ ਵੀਰ ਜਦੋਂ ਲੱਖ ਦਿੱਤੇ ਕਸ਼ਟ ਜੰਡਾਲਾ ਨੇ ਹੱਸ ਪੀਤਾ ਜਾਮ ਸ਼ਹਾਦਤ ਦਾ ਸਤ ਗੁਰ ਦੇ ਨਕੀਆਂ ਸਤ ਗੁਰ ਦੇ ਛੋਟਿਆਂ ਲਾਲਾਂ ਨੇ ਸੋਹਣੇ ਕਿ ਕੀ ਬੋਲ ਰਿਹਾਰੂ ਕੰਬਦੀ ਸੀਨਾ ਡੋਲ ਰਹਾ ਪਾਪਾ ਦਾ ਸਾਗਰ ਖੋ ਰਹਾ ਪਰ ਕੰਡਿਆਂ 'ਤੇ ਕਰਿਆ ਆਏ ਜਦ ਬੇਲੇ ਪੁੱਤਰ ਦਾ ਕੱਢ ਕੇ ਤੇ ਬਾਪੂ ਦੇ ਮੂੰਹ ਵਿੱਚ ਬੰਦੇ ਦੇ ਮੂੰਹ ਵਿੱਚ ਪਾਇਆ ਏ ਹਣ ਜਾਬਰ ਦਾ ਚੜਿਆ ਸੀ ਆ ਦੇ ਤੇਰੇ ਵਿੱਚ ਵੜਿਆ ਸੀ ਸਿੰਘ ਬਿਨਾ ਸੀਸ ਤੋਂ ਲੜਿਆ ਸੀ ਜੋ ਆਖੇ ਬੋਲ ਬਗਾਵਣ ਲਈ ਹੱਸ ਸੀਸ ਧਰੀ ਤੇ ਧਰ ਕੇ ਦੇਸਤ ਗੁਰ ਦੀ ਪੇਟ ਸਤ ਗੁਰ ਦੀ ਪੇਟ ਚੜਾਵਣ ਲਈ ਕੈਸ਼ ਕਦੀ ਹੱਥ ਵਿਖਾਉਂਦੇ ਰੇ ਕਹਿ ਕਹਿ ਕੇ ਬੰਦ ਕਟਵਾਉਂਦੇ ਰੇ ਚੜ ਚੜ ਖੜੀ ਨਗਮੇ ਗਾਉਂਦੇ ਰੇ ਨਹੀਂ ਰੱਖਿਆ ਡਰ ਸਰਕਾਰਾਂ ਦਾ ਨਾ ਰੁਕਿਆ ਇਹ ਨਾ ਝੁਕਿਆ ਇਹ ਦਲੇਣਖੀ ਸ਼ਾਹ ਦਲੇਣਖੀ ਸ਼ਾਹ ਇਸਵਾਰਾਂ ਦਾ ਦੀ ਪੱਤੀ ਨੇ ਜਾਂਦੇ ਵਿੱਚ ਪਰੋਕੇ ਤੇ ਕਰ ਦਿੱਤੇ ਕਤਲ ਕਸਾਈਆਂ ਨੇ ਹੱਥ ਧਰਮ ਦੇ ਬਦਲੇ ਪੁੱਤਾਂ ਦੇ ਗਲਹਾਰ ਪਵਾ ਲੈ ਗਲਹਾਰ ਪਵਾ ਲੈ ਬਾਈਆਂ ਨੇ ਹੱਥ ਕਸ਼ਟ ਸਿਰਾਂ ਤੇ ਜੜ ਜੜ ਕੇ ਜਦ ਮਿਆਂ ਦੇ ਸਾਗਰ ਤਰ ਤਰ ਕੇ ਇਹ ਮਸਾ ਬਚਾਈ ਮਰ ਮਰ ਕੇ ਜਦ ਜੋਰ ਪਿਆ ਜਰਮਾਣੇ ਦਾ ਕਿੰਦੇ ਦਾਨ ਸਦਕਤੋ ਵਾਰੀ ਦੀ ਉਹ ਦਸ ਦਾ ਜੰਡ ਉਹ ਦਸ ਦਾ ਜੰਡ ਨਨਕਾਣੇ ਦਾ ਸ਼اندار ਹੋਵੇ ਭਵੇਂ ਗੋਰੀਆਂ ਦੀ ਸਰਕਾਰ ਹੋਵੇ ਜਾਂ ਦਿੱਲੀ ਦਾ ਦਰਬਾਰ ਹੋਵੇ ਸਭ ਸ਼ਾਂਤ ਤੇਰੀ ਤੂੰ ਸੜਦੇ ਰਹਿ ਤੇਰੀ ਅਜਬਤ ਨੂੰ ਹੱਥ ਪਾਉਣ ਲਈ ਨਿਤ ਨਵੀਂ ਧਿਉਰੀ ਨਿਤ ਨਵੀਂ ਪਾਲਸੀ ਕੱਢਦੇ ਰਹਿ ਤੇਰੇ ਜਮ ਖੰਡੇ ਦੀ ਧਾਰ ਵਿੱਚੋਂ ਤੂੰ ਵੱਖਰਾ ਹੈ ਸੰਸਾਰ ਵਿੱਚੋਂ ਭਾਗੋ ਵਾਲੀ ਲਾਉਂਦੀ ਧਾਰ ਵਿੱਚੋਂ ਤੱਕ ਹਰਕਤ ਨਵੇਂ ਹਾਲਾਤਾਂ ਦੀ ਜੋ ਰਾਗ ਅਣਖ ਦਾ ਛੇੜ ਦਵੇ ਕੋਈ ਲੇਖਕ ਬਤਾ ਕੋਈ ਲੇਖਕ ਬਤਾ ਜਬਾਤਾਂ ਦੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਸ਼ਾਇਆ ਹੇਤ ਆਪਣੀਆਂ ਸੁਰਤਾਂ ਸ਼ਬਦ ਗੁਰੂ ਦੇ ਸਮਰਪਿਤ ਕਰਕੇ ਬੜੇ ਸਤਕਾਰ ਨਾਲ ਬੜੇ ਅਦਬ ਨਾਲ ਆਪਣੇ ਵਡਵਡੇਰਿਆਂ ਦਾ ਇਤਿਹਾਸ ਸਰਵਣ ਕਰ ਰਹੇ ਸਤਕਾਰਯੋਗ ਖਾਲਸਾ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜਿਤਨੇ ਵੀ ਮਾਈ ਭਾਈ ਬੈਠੇ ਹੋ ਕਿਰਪਾ ਕਰੋ ਆਪਣਾ ਸੀਸ ਸਤਿਗੁਰਾਂ ਨੂੰ ਝੁਕਾਓ ਆਪਣੀ ਅੰਤਰਾਤਮਾ ਤੋਂ ਸਤਿਗੁਰਾਂ ਦੀ ਖੁਸ਼ੀ ਮਾਣਦਿਆਂ ਹੋਇਆਂ ਰਸਨਾ ਦੁਆਰਾ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਸਿੱਖ ਦੀ ਜ਼ਿੰਦਗੀ ਦਾ ਸਭ ਤੋਂ ਭਾਗਾਸ਼ਾਲੀ ਸਭ ਤੋਂ ਮਹੱਤਵਪੂਰਨ ਸਮਾਂ ਉਹ ਹੁੰਦਾ ਹੈ ਜਦ ਉਹ ਆਪਣੀਆਂ ਅੱਖਾਂ ਦੇ ਨਾਲ ਆਪਣੇ ਸਤਿਗੁਰਾਂ ਦੇ ਦ دیدار ਕਰ ਰਿਹਾ ਹੁੰਦਾ ਹੈ ਔਰ ਆਪਣੇ ਸਰਵਨ ਆਪਣੇ ਸਰੋਤਾ ਰਾਹੀਂ ਗੁਰੂ ਕੇ ਉਪਦੇਸ਼ ਨੂੰ ਸਤ ਸੰਗਤ ਵਿੱਚ ਬੈਠ ਕੇ ਸਰਵਨ ਕਰ ਰਿਹਾ ਹੁੰਦਾ ਦੁਨੀਆਂ ਦੇ ਉੱਤੇ ਹਰ ਚੀਜ਼ ਦੀ ਆਪਣੀ ਮਹਾਨਤਾ ਹੈ ਪਰ ਗੁਰੂ ਦੇ ਸਿੱਖ ਵਾਸਤੇ ਸਭ ਤੋਂ ਵੱਡੀ ਜਿਹੜੀ ਮਹਾਨਤਾ ਹੈ ਉਹ ਹੈ ਸਤਸੰਗੀਆਂ ਦੇ ਰੂਪ ਵਿੱਚ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਆਪਣੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸਰਵਣ ਕਰਨਾ ਗੁਰਬਾਣੀ ਪਰਮੇਸ਼ਰ ਦੇ ਘਰੋਂ ਲਿਆਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਤ ਹੈ ਸਾਡਾ ਮਾਰਗਦਰਸ਼ਨ ਕਰਦੀ ਹੈ ਔਰ ਸਾਡੀ ਰੂਹ ਦੇ ਨਾਲ ਉਹ ਸੰਬੰਧ ਰੱਖਦੀ ਹੈ ਤੇ ਇਸ ਗੁਰਬਾਣੀ ਦੇ ਆਸਰੇ ਤੋਂ ਬਿਨਾਂ ਅਸੀਂ ਦੁਨੀਆ ਦੇ ਕਿਸੇ ਵੀ ਖੇਤਰ ਵਿੱਚ ਤਰੱਕੀ ਨਹੀਂ ਕਰ ਸਕਦੇ ਭਾਵੇਂ ਉਹ ਧਾਰਮਿਕ ਹੋਵੇ ਜਾਂ ਕੋਈ ਹੋਰ ਹੋ। ਸੋ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਗੁਰਬਾਣੀ ਪੜਨ ਵਾਲਿਆਂ ਨੇ ਇਤਿਹਾਸ ਰਚਿਆ ਔਰ ਗੁਰਬਾਣੀ ਪੜਨ ਵਾਲਿਆਂ ਨੇ ਸੰਸਾਰ ਨੂੰ ਰਹਿਨਮਾਈ ਦਿੱਤੀ ਹੈ। ਸਾਡੇ ਤੋਂ ਪਹਿਲਾਂ ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਜਸਪਾਲ ਸਿੰਘ ਜਿਲੰਧਰ ਵਾਲੇ ਸਟੇਜ ਤੋਂ ਸਾਨੂੰ ਪੇਸ਼ ਕਰਦੇ ਆ ਕਹਿ ਰਹੇ ਸਨ ਕਿ ਇਹ ਪ੍ਰੋਗਰਾਮ ਚੱਲ ਰਿਹਾ 1984 ਦੇ ਸ਼ਾਕੇ ਨੂੰ ਸਮਰਪਿਤ ਕਾਫੀ ਦਿਨਾਂ ਤੋਂ ਅਸੀਂ ਕਹਿ ਰਹੇ ਹਾਂ ਪਰ ਇਹ ਸਾਰਾ ਸ਼ਾਕਾ ਜੇ ਵੀ ਮੁਕੰਮਲ ਨਹੀਂ ਹੈ ਜੇ ਇਹਦੀਆਂ ਜੜ੍ਹਾਂ ਤੱਕ ਜਾ ਕੇ ਇਹਨੂੰ ਪੇਸ਼ ਕਰਨਾ ਹੋਵੇ ਤਾਂ ਮਹੀਨਾ ਵੀ ਲਾਈਵ ਚੱਲਦਾ ਰਹੇ ਮੇਰਾ ਖਿਆਲ ਹੈ ਤਾਂ ਵੀ ਅਸੀਂ ਇਹਨੂੰ ਮੁਕੰਮਲ ਨਹੀਂ ਕਰ ਸਕਦੇ ਕਿਉਂਕਿ ਕਿਸੇ ਵੀ ਚੀਜ਼ ਦੀ ਗਹਿਰਾਈ ਤੱਕ ਜਾਣਾ ਫਿਰ ਉਹਨਦੇ ਕਾਰਨਾਂ ਨੂੰ ਲੱਭਣਾ ਫਿਰ ਉਸ ਤੋਂ ਬਾਅਦ ਨਿਕਣ ਵਾਲੇ ਸਿੱਟਿਆਂ ਤੇ ਪਹੁੰਚਣਾ ਇਹ ਬੜੀਆਂ ਡੂੰਘੀਆਂ ਗੱਲਾਂ ਹੁੰਦੀਆਂ ਨੇ ਇਹ ਕੋ ਪਹਿਲੀਆਂ ਸ਼ਹਾਦਤਾਂ ਨਹੀਂ ਐ ਦਰਬਾਰ ਸਾਹਿਬ ਦੇ ਵਾਸਤੇ ਬਹੁਤ ਸ਼ਹਾਦਤਾਂ ਹੋਈਆਂ ਸ਼ਹਾਦਤ ਦਾ ਸਿੱਖ ਨਾਲ ਰਿਸ਼ਤਾ ਕੀ ਹੈ ਇਹ ਇੱਕ ਬੜਾ ਜ਼ਰੂਰੀ ਸੰਕਲਪ ਹੈ ਤੁਸੀਂ ਹੈਰਾਨ ਹੋਵੋਗੇ ਜਦ ਭਾਈ ਤਾਰਾ ਸਿੰਘ ਵਾਹ ਨੂੰ ਘੇਰਾ ਪੈਂਦਾ 26 ਵਿੱਚ 1726 ਵਿੱਚ ਤਾਂ ਦੋ ਗੁਰੂ ਕੇ ਸਿੱਖ ਪਿਓ ਪੁੱਤ ਗੱਡਾ ਲੈ ਕੇ ਖੇਤਾਂ 'ਚ ਪੱਠੇ ਵੱਢ ਰਹੇ ਸਨ ਉਹਨਾਂ ਜਦ ਸੁਣਿਆ ਕਿ ਇੱਥੇ ਲੜਾਈ ਹੋਣ ਲੱਗੀ ਐ ਸ਼ਹਾਤਾ ਹੋਣੀਆਂ ਨੇ ਤੇ ਜਿਹੜਾ ਬਾਪ ਸੀ ਉਹ ਮੁੰਡੇ ਨੂੰ ਕਹਿੰਦਾ ਵੀ ਗੱਡਾ ਪਿੰਡ ਨੂੰ ਲੈ ਜਾ ਤਾਂ ਮੈਂ ਹੁਣ ਕਾਫੀ ਉਮਰ ਭੋਗ ਲਈ ਐ ਹੁਣ ਰਣ ਤੱਤੇ ਵਿੱਚ ਜੂਝ ਕੇ ਤੇ ਸ਼ਹਾਦਤ ਮਿਲਦੀ ਕਰਮਾਂ ਨਾਲ ਕਿਤੇ ਇਹ ਮੈਂ ਪ੍ਰਾਪਤ ਕਰਾਂ ਤੇ ਮੁੰਡਾ ਕਹਿੰਦਾ ਬਾਪੂ ਤੂੰ ਬਾਕੀ ਦਾ ਪਰਿਵਾਰ ਸੰਭ ਜੋ ਕੰਮ ਜਵਾਨੀ ਨੇ ਕਰਨਾ ਉਹ ਬਡੇਪੇ 'ਚ ਨਹੀਂ ਹੋ ਸਕਦਾ ਮੈਨੂੰ ਰਣ ਤੱਤੇ ਵਿੱਚ ਜਾਣ ਦੇ ਤੇ ਅਖੀਰ ਤੇ ਦੋਵਾਂ ਵਿੱਚ ਬਹਿਸ ਹੁੰਦੀ ਤੇ ਦੋਵੇਂ ਹੀ ਉੱਥੇ ਚਲੇ ਜਾਂਦੇ ਔਰ ਲੜਕੇ ਸ਼ਹੀਦ ਹੁੰਦੇ ਆ ਔਰ ਇਥੋਂ ਪਤਾ ਲੱਗਦਾ ਵੀ ਇਸ ਸ਼ਹਾਦਤ ਨੂੰ ਸਿੱਖ ਕਿਸ ਢੰਗ ਨਾਲ ਆਪਣੀ ਜ਼ਿੰਦਗੀ ਨਾਲ ਜੋੜ ਕੇ ਵੇਂਦਾ ਔਰ ਆਇਓ ਖੇਤਾਂ ਵਿੱਚ ਕੰਮ ਕਰਨ ਗੋਲੀ ਚੱਲਦੀ ਹੈ ਉਹਨਾਂ ਨੂੰ ਪਤਾ ਲੱਗਦਾ ਸਿੱਖ ਵਿਪਤਾ ਵਿੱਚ ਆ ਉਹ ਸਿੱਖ ਜਿਹੜੇ ਅੰਦਰ ਘਰੇ ਉਹਨਾਂ ਦੇ ਨਾਲ ਹਿੱਸਾ ਬਣ ਜਾਂਦੇ ਨੇ ਔਰ ਜਦ ਅਕਾਲ ਤਖਤ ਐਮਦ ਸ਼ਾਹ ਅਬਦਾਲੀ ਦੀ ਫੌਜ ਆਉਂਦੀ ਉਦੋਂ 32 ਸਿੰਘੀ ਸੀ ਗਰਬਖ ਸਿੰਘ ਕੋਲ ਕਦੇ ਅਕਾਲ ਤਖਤ ਆਪਾਂ ਕਾਲੀ ਕਾਲੀ ਲੰਘ ਆਉਂਦੇ ਆ ਜੇ 2 ਮਿੰਟ ਰੋਕ ਕੇ ਵੇਖੀਓ ਤੇ ਗੁਰਬਖਸ਼ ਸਿੰਘ ਦੀ ਉੱਥੇ ਜਾਦ ਬਣੀ ਹੋਈ ਆ ਤਾਂ ਉਦੋਂ ਉਹਨਾਂ ਨੇ ਉਹਨਾਂ ਕੋਲ ਮੌਕਾ ਸੀ ਉਹ ਬਚ ਸਕਦੇ ਸੀ ਕਿਉਂਕਿ ਫੈਸਲਾ ਹੋਇਆ ਸੀ ਵੀ ਸਮਾਂ ਬਚਾਓ ਮੁੜ ਕੇ ਆਣ ਕੇ ਜੰਗ ਲੜਾ ਲਵਾਂਗੇ ਪਰ ਉਹਨਾਂ ਕਹੇ ਇਹਦੋਂ ਚੰਗਾ ਮੌਕਾ ਹੋਰ ਕਦੋਂ ਮਿਲੇਗਾ ਦਰਬਾਰ ਸਾਹਿਬ ਵਾਸਤੇ ਸ਼ਹੀਦ ਹੋਣ ਵਾਸਤੇ ਉਹ ਲੜ ਕੇ ਉੱਥੇ ਸ਼ਹੀਦ ਹੋਏ ਤੋਂ 84 ਤੱਕ ਇਹ ਸ਼ਹਾਤਾ ਕੋਈ ਇੱਕ ਵਾਰ ਹੀ ਨਹੀਂ ਤੇ ਨਾ ਹੀ ਅਜੇ ਨਾਲ ਅਸੀਂ ਕਹਿ ਸਕਦੇ ਵੀ ਇਹ ਮੁੱਕਣ ਵਾਲਾ ਸਿਲਸਿਲਾ ਹੈ ਕਿਉਂਕਿ ਅਜੇ ਤਾਂ ਕੌਮ ਉਹਦੇ ਨਾਲੋਂ ਵੀ ਵੱਧ ਸੰਕਟ ਵਿੱਚ ਫਸ ਗਈ ਹੈ ਔਰ ਤੁਸੀਂ ਹੈਰਾਨ ਨਾ ਹੋਣਾ ਹਰ ਕੌਮ ਵੱਜੀ ਹੋਈ ਸੱਟ ਤੋਂ ਸਬਕ ਸਿੱਖਦੀ ਹੈ ਇੱਕ ਆਪਣੇ ਕੌਮ ਹੈ ਜਿਹਨੂੰ ਇੰਨੀਆਂ ਸੱਟਾਂ ਵੱਜੀਆਂ ਪਰ ਫਿਰ ਵੀ ਉਹ ਇੱਕ ਝੰਡੇ ਥੱਲੇ ਇਕੱਤਰ ਹੋਣ ਨੂੰ ਤਿਆਰ ਨਹੀਂ ਹੁੰਦੇ ਔਰ ਵੱਜੀ ਹੋਈ ਸੱਟ ਤੋਂ ਸਬਕ ਨਹੀਂ ਸਿੱਖਦੇ ਔਰ ਆਪੋ ਵਿੱਚ ਹੀ ਖਿਆਲਾਂ ਵਿੱਚ ਲੜੀ ਜਾਣਾ ਇੱਕ ਦੂਜੇ ਨੂੰ ਛਟਿਆਈ ਜਾਣਾ ਜਿਹੜੇ ਮਸਲੇ ਅੰਦਰ ਬਹਿ ਕੇ ਹੱਲ ਕਰਨ ਵਾਲੇ ਨੇ ਉਹਨਾਂ ਦਾ ਤਮਾਸ਼ਾ ਵਖਾ ਲੈਣਾ ਲੋਕਾਂ ਨੂੰ ਔਰ ਇਹ ਸੱਤ ਬੜੀ ਤਗੜੀ ਸੀ ਇੰਦਰਾ ਗਾਂਧੀ ਦੀ ਮਾਨਸਤਾ ਇੱਕ ਡਿਕਟੇਟਰਸ਼ਿਪ ਮਾਨਸਤਾ ਸੀ ਜਾਨੀ ਉਹ ਆਪਣੇ ਆਪ ਨੂੰ ਹਿਟਲਰ ਦੇ ਰੂਪ ਵਿੱਚ ਵੀ ਪੇਸ਼ ਕਰਦੀ ਸੀ ਇਹਦੀਆਂ ਧਾਰਨਾ ਜਦ 75 ਵਿੱਚ ਉਹਨੇ ਅਮਰਜੰਸੀ ਲਾਈ ਕਿਸੇ ਦੀ ਉਹਨੇ ਸਲਾਹ ਨਹੀਂ ਲਈ ਇਥੋਂ ਤੱਕ ਆਪਣੇ ਮੈਂਬਰ ਪਾਰਲੀਮੈਂਟ ਕੋਈ ਬੰਦਾ ਉਹਦੇ ਨਾਲ ਅੱਖ ਉੱਚੀ ਕਰਕੇ ਬੋਲ ਨਹੀਂ ਸੀ ਸਕਦਾ ਉਹਨੇ ਜਨ ਸੰਗੀਆਂ ਨੂੰ ਕੁੱਟਣਾ ਸੀ ਅਕਾਲੀ ਵਿੱਚ ਵੜ ਗਏ ਔਰ ਇਹ ਉਹਦੇ ਟਾਰਗੇਟ ਤੇ ਆ ਗਿਆ ਸਿੱਖ ਕਰਤਾਰ ਸਿੰਘ ਨੇ ਜਦ ਗੱਲ ਕਹੀ ਸੀ ਦਿੱਲੀ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਮਨਾਈ ਜਾ ਰਹੀ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਪ੍ਰਕਾਸ਼ ਸੀ ਤੇ ਇੰਦਰਾ ਵੀ ਆ ਗਈ ਤੇ ਸਾਨੂੰ ਆਦਤ ਹੁੰਦੀ ਹੈ ਵੀ ਜਦੋਂ ਕੋਈ ਲੀਡਰ ਆਏ ਅਸੀਂ ਮਹਾਰਾਜ ਦਾ ਪ੍ਰਕਾਸ਼ ਛੱਡ ਕੇ ਉੱਠ ਕੇ ਚਲ ਜਾਂਦੇ ਹਾਂ ਹੁਣ ਵੀ ਸਾਨੂੰ ਆਦਤ ਹੈ ਕੋਈ ਸਾਧ ਆ ਜਾਏ ਨਾ ਬੇਸ਼ੱਕ ਉਹਦੀ ਕਰਤੂਤ ਕੋਈ ਵੀ ਨਾ ਹੋਵੇ ਪਰ ਅਸੀਂ ਮਹਾਰਾਜ ਦੇ ਚਰਨਾਂ 'ਚ ਬੈਠੇ ਜੇ ਉੱਠ ਕੇ ਉਹਨੂੰ ਉਧਰ ਨੂੰ ਭੱਜ ਜਾਂਦੇ ਹਾਂ ਸaints ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹੀ ਜਾਂਦੇ ਵੀ ਪ੍ਰਗਟ ਗੁਰਾਂ ਕੀ ਦੇ ਪਰ ਜਦੋਂ ਅਮਲੀ ਰੂਪ ਵਿੱਚ ਉੱਥੇ ਅਸੀਂ ਫਿੱਕੇ ਪੈ ਜਾਂਦੇ ਆ। ਤੋਂ ਸਿੱਖ ਗਏ ਸੀ ਗਾਹ ਨੂੰ ਉਹਦਾ ਸਤਿਕਾਰ ਕਰਨ ਤੇ ਬਾਬਾ ਕਰਤਾਰ ਸਿੰਘ ਜੀ ਦੀ ਕਥਾ ਸੀ। ਉਹਨਾਂ ਨੂੰ ਬੜਾ ਗੁੱਸਾ ਲੱਗਾ ਇਸ ਗੱਲ ਦਾ। ਉਹ ਕਹਿੰਦੇ ਗੁਰੂ ਕਿਉਂ ਸਿੱਖੋ ਕੀ ਹੋ ਗਿਆ ਤੁਹਾਨੂੰ? ਉਹ ਤੇ ਮੱਥਾ ਟੇਕਣ ਆ ਰਹੀ ਹੈ। ਤੇ ਉਹਦੇ ਉੱਤੇ ਇਹਨੇ ਆਸਾਨ ਨੇ ਜੇ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੀਸਨਾਹ ਦਿੱਲੀ ਵਾਰਦੇ ਤੇ ਇਹ ਰਾਜ ਭਾਗ ਕਿੱਥੋਂ ਲਾ ਲੈਂਦੇ। ਇਹ ਤੇ ਕਈ ਜਨਮ ਕਰਜ਼ਾ ਲਾਉਂਦੀ ਰਹੇ ਤੇ ਸਿੱਖਾਂ ਦਾ ਕਰਜ਼ਾ ਨਹੀਂ ਲਾ ਸਕਦੇ। ਤੇ ਤੁਸੀਂ ਇਹਦੀਆਂ ਜੁੱਤੀਆਂ ਚੜਦੇ ਫਿਰਦੇ ਹੋ ਉਹ ਗੱਲ ਉਹਨੇ ਨੋਟ ਕਰ ਲਈ ਸੀ ਵੀ ਇਸ ਬਲਾਰੇ ਨੇ ਇਹ ਗੱਲ ਕਹੀ ਮੈਨੂੰ ਪ੍ਰਾਈਮ ਮਿਨਿਸਟਰ ਹੁੰਦਿਆਂ ਛਟਾਇਆ ਵੀ ਇਹ ਕੌਣ ਹੈ ਉਹ ਫਿਰ ਸਮੇ ਲੱਭਦੀ ਸੀ ਵੀ ਕੋਈ ਗੱਲ ਨਹੀਂ ਕਦੇ ਨਾ ਕਦੇ ਕੋਈ ਮਸਲਾ ਬਣੇਗਾ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਮੇਰੀ ਤਾਕਤ ਕੀ ਹੈ ਔਰ 75 ਤੋਂ ਬਾਅਦ ਉਹ ਹਰ ਗਈ ਸੀ ਫਿਰ ਜਨ ਸੰਘ ਦੀ ਸਰਕਾਰ ਬਣ ਗਈ ਮਰਾਰਜੀ ਦਸਾਈ ਅਮਰਸਾਰਾਏ ਤੇ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਮਿਲਦਾ ਹਰ ਕੋਈ ਲੈਂਦਾ ਬੜੇ ਪ੍ਰੇਮ ਨਾਲ ਉਹਨੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਨਾਲਦੇ ਨੂੰ ਫੜਾਤੀ ਸੀ ਮਨੰਦਰ ਇਹ ਸੀ ਪੀ ਸਿੱਖਾਂ ਦਾ ਦਰਬਾਰ ਹੈ ਤੇ ਮੈਂ ਇੱਕ ਕਟੜ ਹਿੰਦੂ ਐ ਮੈਂ ਦੇਗ ਨਹੀਂ ਲੈਣੀ ਉਹਨੂੰ ਡਾਕਟਰਾਂ ਨੇ ਦੱਸਿਆ ਹੋਇਆ ਸੀ ਵੀ ਜੇ ਤੂੰ ਗਾਂਹ ਦਾ ਮੂਤ ਪੀਵੇਂਗਾ ਤੇ ਵੱਜ ਜਾਵੇਂਗਾ ਉਹ ਗਾਂਹ ਦਾ ਪਿਸ਼ਾਬ ਤਾਂ ਰੋਜ਼ ਪੀਂਦਾ ਸੀ ਪਰ ਦਰਬਾਰ ਸਾਹਿਬ ਦਾ ਦੇਗ ਜਿਹੜੀ ਉਹਨੇ ਲੈ ਕੇ ਨਾਲਦੇ ਨੂੰ ਫੜਾਤੀ ਸੀ ਇਹ ਸਵੀਕਾਰ ਨਹੀਂ ਸੀ ਕੀਤੀ ਤੇ ਉਹਦੇ ਨਾਲ ਸਾਡੇ ਬੰਦਿਆਂ ਦੀ ਸਾਂਹ ਸੀ ਕਿਉਂਕਿ ਪੋਲਿਟੀਕਲ ਸਮਝੌਤੇ ਹੁੰਦੇ ਆ ਉਸ ਤੋਂ ਬਾਅਦ ਫਿਰ ਉਹ ਅਸੀਂ ਵਿੱਚ ਤਾਕਤ ਵਿੱਚ ਆਉਂਦੀ ਹੈ ਅੱਸੀ ਵਿੱਚ ਉਹਦੇ ਕੋਲ ਫੁੱਲ ਤਾਕਤ ਸੀ ਉਸ ਵਕਤ ਫਿਰ ਉਹਨੇ ਇਸ ਮਸਲੇ ਨੂੰ ਇਸ ਢੰਗ ਨਾਲ ਹਵਾ ਰਿਆ ਕਿਸੇ ਦੀ ਉਹਨੇ ਸਲਾਹ ਨਹੀਂ ਲਈ ਜਦੋਂ ਰਾਸ਼ਟਰਪਤੀ ਜਲ ਸਿੰਘ ਨੇ ਕਿਹਾ ਵੀ ਬੀਬੀ ਜੇ ਤੂੰ ਫੌਜ ਚੜਾਈ ਤੇ ਬਜਣਾ ਤੂੰ ਹੀ ਨੇ ਉਹਨੇ ਕਿਹਾ ਕਿਉਂ ਕਹਿੰਦਾ ਸਿੱਖਾਂ ਦੀ ਹਿਸਟਰੀ ਹਮਲਿਆਂ ਦੀ ਹਿਸਟਰੀ ਹੈ ਬਦਲਿਆਂ ਦੀ ਹਿਸਟਰੀ ਹੈ ਇਹ ਹੋਰ ਤਾਂ ਕਿਸੇ ਨੂੰ ਮਾਫ ਕਰ ਦੇਣਗੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੇ ਨੂੰ ਮਾਫ ਨਹੀਂ ਕਰਦੇ ਤੇ ਉਹਨੇ ਅੱਗੋਂ ਇਹ ਕਿਹਾ ਸੀ ਮੈਨੂੰ ਮਤਾਂ ਦੇਣ ਦੀ ਲੋੜ ਨਹੀਂ ਮੈਂ ਖਤਰਿਆਂ ਨਾਲ ਖੇਡਦੀ ਜਵਾਨ ਹੋਈਆਂ ਜੇ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਮੈਨੂੰ ਜਾਨ ਵੀ ਵਾਰਨੀ ਪਈ ਤੇ ਮੈਂ ਗਰੇਜ਼ ਨਹੀਂ ਕਰਾਂਗੀ ਉਹਨੇ ਅਖਾ ਮੈਂ ਸੈਨਿਕ ਨਹੀਂ ਕਰਨਾ ਉਹ ਰਾਸ਼ਟਰਪਤੀ ਸੀ ਉਹਨੇ ਅਖਾ ਤੇਰੇ ਸੈਨਾਨਾਂ ਦੀ ਮੈਨੂੰ ਲੋੜ ਵੀ ਨਹੀਂ ਹੈ ਜਦ ਦਿਨ ਪੰਜਾਬ ਨੂੰ ਗੜਬੜਵੜਾ ਇਲਾਕਾ ਕਰਾਰ ਦਿੱਤਾ ਸੀ ਮੈਂ ਤੇਰੇ ਹੱਥ ਪਹਿਲਾਂ ਹੀ ਵੜਾ ਲੇ ਸੀ ਹੁਣ ਜੋ ਕਰੇਗੀ ਉਹ ਫੌਜ ਕਰੇਗੀ ਸਾਰੇ ਪੰਜਾਬ ਦੀ ਜਿਹੜੀ ਮਸ਼ੀਨਰੀ ਸੀ ਜਿਹਦੇ ਵਿੱਚ ਡੀਸੀ ਹੁੰਦਾ ਗਵਰਨਰ ਹੁੰਦਾ ਦੂਜਾ ਤੇ ਜੋ ਸਭ ਉਹਨੇ ਫੇਲ ਕਰਕੇ ਇੱਕ ਫੌਜੀ ਨੂੰ ਅਧਿਕਾਰ ਦੇ ਦਿੱਤੇ ਵੀ ਤੂੰ ਜੋ ਕਰਨਾ ਉਹ ਕਰ ਦੇ ਔਰ ਮੈਨੂੰ ਇਹ ਰੋਜ਼-ਰੋਜ਼ ਦਾ ਜਿਹੜਾ ਇਹ ਰੌਲਾ ਰੱਪਾ ਇਹ ਬੰਦ ਹੋਣਾ ਚਾਹੀਦਾ ਇਸ ਤਰੀਕੇ ਨਾਲ ਉਹ ਅਗਲੀ ਵਾਰ ਦੇਸ਼ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਸੀ ਔਰ ਦੂਸਰੀ ਗੱਲ ਪੰਜਾਬ ਤੇ ਹਿੰਦੁਸਤਾਨ ਦੋਨਾਂ ਨੂੰ ਜਦੋਂ ਅਸੀਂ ਵੇਨਿਆ ਤੇ ਪੂਰੇ ਦੇਸ਼ ਵਿੱਚ ਪੰਜਾਬ ਇੱਕ ਨਿੱਕੀ ਜੀ ਸਟੇਟ ਹੈ ਏਡੇ ਤੇ ਮਹਾਰਾਸ਼ਟਰ ਦੇ ਜ਼ਿਲ੍ਹੇ ਨੇ ਜਿਹੜਾ ਸਾਡਾ ਪੰਜਾਬ ਹੈ ਔਰ ਇਹ ਕੋਈ ਅਬੂਤੀ ਵੱਡੀ ਅਹਿਮਤ ਨਹੀਂ ਰੱਖਦਾ ਜਦੋਂ ਉਹਨਾਂ ਨੇ ਦੇਸ਼ ਵੇਖਣਾ ਹੋਵੇ ਤਾਂ ਫਿਰ ਕੁਦਰਤੀ ਗੱਲ ਸੀ ਹੁਣ ਇਹ ਟਾਰਗੇਟ ਤੇ ਸੀ ਸਿੱਖ ਔਰ ਜਿਹੜੀਆਂ ਕਾਰਵਾਈਆਂ ਉਹ ਸਾਰੀਆਂ ਸੰਤ ਜਰਨੈਲ ਸਿੰਘ ਨਾਲ ਜੋੜ ਕੇ ਵੇਖੀਆਂ ਜਾ ਰਹੀਆਂ ਸੀ ਹਾਲਾਂਕਿ ਕੋਈ ਸਿੱਧੇ ਰੂਪ ਵਿੱਚ ਉੱਤੇ ਪਰਚਾ ਵੀ ਦਰਜ ਨਹੀਂ ਸੀ ਪਰ ਉਸ ਵਕਤ ਸੰਤ ਜਰਨੈਲ ਸਿੰਘ ਕੌਮ ਦਾ ਇੱਕ ਰਹਿਨਮਾ ਬਣ ਗਿਆ ਸੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ ਔਰ ਕੋਈ ਵੀ ਗੱਲ ਹੁਣ ਸਿਰੇ ਨਹੀਂ ਸੀ ਚੜ੍ਹ ਸਕਦੀ ਜਦ ਤੱਕ ਸੰਤ ਜਰਨੈਲ ਸਿੰਘ ਉਦੇ ਬਾਰੇ ਆਪਣੀ رائے ਨਾ ਦੇਵੇ ਇਥੋਂ ਤੱਕ ਅੰਦਰ ਤੇ ਬਾਹਰ ਹਰ ਤੋਂ ਸੰਤ ਜਰਨੈਲ ਸਿੰਘ ਦੀ ਜਾਜਾਕਾਰ ਹੋ ਰਹੀ ਸੀ ਤਾਂ ਉਸ ਵਕਤ ਫਿਰ ਫੌਜ ਦੇ ਸਾਹਮਣੇ ਨਿਸ਼ਾਨਾ ਸੰਤ ਜਰਨੈਲ ਸਿੰਘ ਸੀ ਆਈਡੀਆ ਇਹ ਗਲਤ ਹੋਇਆ ਵੀ ਫੌਜ ਨੂੰ ਇੰਜ ਲੱਗਾ ਵੀ ਜਿਵੇਂ ਉਥੇ ਜੋ ਪੁਲਿਸ ਨਹੀਂ ਕਰ ਸਕੀ ਸੀਆਰਪੀ ਨਹੀਂ ਕਰ ਸਕੀ ਤਾਂ ਸਾਡੇ ਸਾਹਮਣੇ ਕਿੰਨੇ ਅੜਨਾ ਸਾਡੇ ਤੇ دہشت ਜੰਨੀ ਹੈ ਦੋ ਚੌ ਘੰਟਿਆਂ ਵਿੱਚ ਇਹ ਮਸਲਾ ਜਿਹੜਾ ਉਹ ਫਤਿਹ ਹੋ ਜਾਣਾ ਪਰ ਇੰਨੀ ਸੀ ਪਤਾ ਵੀ ਅੰਦਰ ਇੰਨੀ ਵੱਡੀ ਜੰਗ ਹੋਣੀ ਹੈ ਔਰ ਕੁਦਰਤੀ ਗੱਲ ਦਰਬਾਰ ਸਾਹਿਬ ਰਣਨੀਤੀ ਤੋਂ ਬਹੁਤ ਸੁਰੱਖਿਆ ਭਰਪੂਰ ਹੈ ਕਿਉਂਕਿ ਤੁਸੀਂ ਭਾਵੇਂ ਘੰਟਾ ਘਰ ਵਾਲੇ ਬਣਿਓ ਜਾਓ ਭਾਵੇਂ ਸਰਾਵਾਂ ਵਾਲੇ ਬਣਿਓ ਜਾਓ ਔਰ ਉਹਦੇ ਧਰਤੀ ਦੇ ਉਤਰ ਕੇ ਜਾਣਾ ਪੈਂਦਾ ਤੇ ਜੇ ਉਹ ਜਿਹੜੇ ਪ੍ਰਕਰਮਾਂ ਚ ਬਰਾਂਡੇ ਨੇ ਕਮਰੇ ਨੇ ਉਹਨਾਂ ਵਿੱਚ ਬੰਦੇ ਬੈਠੇ ਹੋਣ ਤੇ ਉਥੋਂ ਦੀ ਲੰਘ ਕੇ ਜਾਣ ਵਾਲਾ ਬੰਦਾ ਉਹਨਾਂ ਦੀ ਰੇਂਜ ਚ ਹੁੰਦਾ ਭਾਵੇਂ ਉਨੀਵਾ ਹੋ ਕੇ ਜਾਵੇ ਤੇ ਭਾਵੇਂ ਉੱਚਾ ਹੋ ਕੇ ਜਾਵੇ ਉੱਥੇ ਮੋਰਚਾ ਬੰਦੀ ਜਰਨੈਲ ਚਵੇਤ ਸਿੰਘ ਨੇ ਸਾਰੀ ਉਹ ਕੀਤੀ ਹੋਈ ਸੀ ਤਾਂ ਫੌਜ ਫਿਰ ਮੌਤ ਦੀ ਕਿੜਕੀ ਵਿੱਚ ਫਸ ਗਈ ਔਰ ਇਹ ਮਾਮਲਾ 5 ਜੂਨ ਤੱਕ ਸ਼ਾਮ ਤੱਕ ਚਲਾ ਗਿਆ ਕੋਈ ਫਤਿਹ ਦੀ ਆਸ ਉਹਨਾਂ ਨੂੰ ਦਿਸ਼ ਨਹੀਂ ਸੀ ਰਹੀ ਇਸ ਕਰਕੇ ਫਿਰ ਉਹਨਾਂ ਨੇ ਆਰਡਰ ਮੰਗਾਏ ਕਿ ਹੁਣ ਕੀ ਕੀਤਾ ਜਾਏ ਫਿਰ ਟੈਂਕ ਤੋਪਾਂ ਤੱਕ ਗੱਲ ਮੁੱਕੀ ਲੇਕਿਨ ਫਿਰ ਵੀ ਉਹਨਾਂ ਨੇ ਇੱਕ ਰਵਾਇਤ ਨੂੰ ਪੂਰਿਆ ਕਰਦਿਆਂ ਸੰਤ ਜਰਨੈਲ ਸਿੰਘ ਨੂੰ ਸਿਲੰਡਰ ਕਰਨ ਵਾਸਤੇ ਕਿਹਾ ਉਹਨਾਂ ਦਾ ਮਤਲਬ ਇਹ ਸੀ ਜੇ ਅਜੇ ਵੀ ਅੱਗੋਂ ਗੋਲੀ ਚੱਲਣੋਂ ਬੰਦ ਹੋ ਜਾਏ ਤਾਂ ਕਿਸੇ ਨਾ ਕਿਸੇ ਵਿੱਚ ਰੂਪ ਵਿੱਚ ਜੰਗ ਜਿੱਤੀ ਜਾ ਸਕਦੇ ਪਰ ਸੰਤ ਜਰਨੈਲ ਸਿੰਘ ਜੀ ਨੇ ਫੈਸਲਾ ਕਰ ਲਿਆ ਸੀ ਕਿ ਸਿਰ ਵਾਰ ਕੇ ਇਸ ਪਵਨ ਸਥਾਨ ਦੀ ਅਜਮਦੀ ਰਾਖੀ ਕਰਨੇ ਆ ਇਸ ਕਰਕੇ ਅੱਗੋਂ ਜਦੋਂ ਲਲਕਾਰ ਭਰਿਆ ਜਵਾਬ ਸੁਣਿਆ ਤਾਂ ਫਿਰ ਉਹਨਾਂ ਦੇ ਵੱਸ ਵਿੱਚ ਇਹੋ ਹੀ ਸੀ ਕਿ ਫਿਰ ਉਹ ਇੰਦਰਾ ਗਾਂਧੀ ਨੂੰ ਜਵਾਬ ਦਿੰਦੇ ਵੀ ਅਸੀਂ ਮੋਰਚਾ ਫਤਿਹ ਕਰ ਲਿਆ ਫਿਰ ਕਹਿਰ ਦੀ ਜੰਗ ਜਿਹੜੀ ਸਭ ਤੋਂ ਜ਼ਿਆਦਾ ਸ਼ੁਰੂ ਹੋਈ ਹੈ ਉਹ 5 ਤੇ 6 ਜੂਨ ਦੇ ਸੂਰਜ ਚੰਨ ਤੋਂ ਪਹਿਲੀ ਜਿਹੜੀ ਉਹ ਰਾਤ ਹੈ ਉਸ ਰਾਤ ਦਰਮਿਆਨ ਹੋਈ ਹੈ ਇੱਕ ਕਿਤਾਬ ਜਰਨਲ ਨੇ ਲਿਖੀ ਪਹਿਲਾਂ ਇੱਕ ਕਈ ਬਾਅਦ ਵਿੱਚ ਬਾਅਦ ਵਿੱਚ ਉਹ ਕਿਤਾਬ ਜਿਹੜੀ 80% ਝੂਠੀ ਹੈ ਤੇ ਸਾਡੇ ਜਿੰਨੇ ਬਹੁਤੇ ਬਲਾਰੇ ਬੋਲਦੇ ਆ ਉਹ ਉਹਦੇ ਚੋਂ ਹਵਾਲਾ ਦਿੰਦੇ ਨੇ ਤਾਂ ਮੈਂ ਕਹਿੰਨਾ ਵੀ ਇਹ ਸਾਰੀ ਵੀਡੀਓਗ੍ਰਾਫੀ ਕੀਤੀ ਹੋਈ ਹੈ ਆਰਮੀ ਨੇ ਜਿਹੜਾ ਉੱਥੇ ਟੈਗ ਕੀਤਾ ਨਾ ਉਹਦੀ ਪੂਰੀ ਵੀਡੀਓਗ੍ਰਾਫੀ ਸਰਕਾਰ ਦੇ ਕੋਲ ਹੈ ਕੱਲ ਨੂੰ ਜੇ ਉਹ ਜਨਤ ਕਰ ਦਿੰਦੀ ਹੈ ਕੋਈ ਸਰਕਾਰ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਐਵੇਂ ਕਲਪਨਾ ਚ ਕਹਿ ਰਹੇ ਆ ਜਾਂ ਅਸੀਂ ਐਵੇਂ ਗੱਲਾਂ ਅਗਲੇ ਨੂੰ ਬੈਠਿਆਂ ਕੋਈ ਉਹ ਮਤਲਬ ਖੁਸ਼ ਕਰਨ ਵਾਸਤੇ ਕਹਿ ਰਹੇ ਆ ਤਾਂ ਉਹ ਗੱਲਾਂ ਝੂਠੀਆਂ ਸਾਬਤ ਹੋ ਜਾਣੀਆਂ ਉਹ ਵੀਡੀਓਗ੍ਰਾਫੀ ਪੰਜਾਬ ਦੇ ਮੁੱਖ ਮੰਤਰੀ ਪਾਸ ਵੀ ਹੈ ਇਸਨੇ ਭਾਵੇਂ ਅਸਤੀਫਾ ਦਿੱਤਾ ਸੀ ਉਹ ਸਾਰੀ ਉਹਦੇ ਵਿੱਚ ਉਹਨਾਂ ਨੇ ਉਹਨੂੰ ਕੈਚ ਕੀਤਾ ਵੀ ਉੱਥੇ ਹੋਇਆ ਕੀ ਹੈ ਤਾਂ 5 ਤੇ 6 ਜੂਨ ਇਹ ਜਿਹੜੀ ਸਭ ਤੋਂ ਵੱਡੀ جنگ ਹੈ ਔਰ ਜਦੋਂ ਇੱਥੋਂ ਫਿਰ ਕਰੋ ਜਾਂ ਮਰੋ ਦੀ ਲੜਾਈ ਸੀ ਔਰ ਬਹੁਤ ਸਾਰੇ ਬੰਦੇ ਸਾਡੇ ਕੋਲ ਚਸ਼ਮਦੀਦ ਗਵਾਹ ਹੈ ਮੈਂ ਤਾਂ ਇਹ ਬੜਾ ਹੈਰਾਨ ਆ ਅੱਜ YouTube ਤੇ ਮੈਂ ਸਵੇਰੇ ਦੋ ਤਿੰਨ ਡਿਪੇਟਾਂ ਸੁਣ ਕੇ ਆਇਆ ਕੋਈ ਕਹਿ ਰਿਹਾ ਕਿ ਸੰਤ ਮੇਰੇ ਸਾਹਮਣੇ ਸ਼ਹੀਦ ਹੋਏ ਕੋਈ ਕਹਿ ਰਿਹਾ ਕਿ ਸੰਤਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਆਹ ਕਿਹਾ ਅਸੀਂ ਇੱਕ ਸੰਤਾਂ ਨੂੰ ਸ਼ਹੀਦ ਹੁੰਦੇ ਅੱਖੀਂ ਵੇਖਿਆ ਭਾਈ 20 ਸਾਲ ਕਿੱਥੇ ਰਿਹਾ 20 ਸਾਲ ਤੇ ਅਸੀਂ ਇਹ ਕਹਿੰਦੇ ਰਹੇ ਵੀ ਸੰਤ ਜਿਉਂਦਾ ਉਹਦੀ ਸ਼ਹਾਦਤ ਡਿਕਲੇਅਰ ਨਹੀਂ ਕੀਤੀ ਤੇ اور ਜੇ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਅਸੀਂ ਉਹਦੀ ਸ਼ਹਾਦਤ ਦਾ ਹੱਕ ਖੋਲਿਆ ਅਸੀਂ ਕਿੰਨਾ ਕਨਸਾਬ ਕੀਤਾ ਸੰਤ ਜਰਨੈਲ ਸਿੰਘ ਨਾਲ ਤੋਂ 5 ਤੇ 6 ਜੂਨ ਇਹ ਸੰਤਾਂ ਦੀ ਉਹ ਸ਼ਹਾਦਤ ਵਾਲੀ ਰਾਤ ਸੀ ਜਦੋਂ ਉਹਨਾਂ ਦੇ ਰਸਨਾ ਤੋਂ ਕੇਵਲ ਬਾਣੀ ਨਿਕਲ ਰਹੀ ਸੀ ਤੇ ਗੁਰੂ ਕਲਗੀਧਰ ਪਾਚਾ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਆਪਣਾ ਸਿਰ ਤਲੀ ਤੇ ਬਾਬੇ ਦੀਪ ਸਿੰਘ ਵਾਂਗੂ ਰੱਖ ਕੇ ਲੜ ਰਹੇ ਸੀ ਆਓ ਉਸ ਭਿਆਨਕ ਰਾਤ ਨੂੰ ਜੋ ਕਹਿਰ ਉਸ ਦਰਬਾਰ ਸਾਹਿਬ ਦੀ ਧਰਤੀ ਤੇ ਵਰਤਿਆ ਉਹਨੂੰ ਇੱਕ ਜੋ ਚੰਦ ਰਿਓ ਬਣੇ ਕੀਤਾ ਜਾ ਰਿਹਾ ਵਜ ਜੂਨੇ ਵਜੇ ਜਦ 12 ਚੜੇ ਬਉਂਜੀ ਜੋਂ ਹਜ਼ਾਰਾ ਲਗੇ ਕੱਢਣ ਦਿਲਾਂ ਦੀਆਂ ਘਾਰਾ ਗੋਲੀ ਨਾਲ ਯੋ ਮੀ ਬਰ ਸੌਣ ਲਗੇ ਤੋਪਾਂ ਨਾਲ ਤਖਤ ਡੋਂ ਲਗੇ ਜਦੋਂ ਵਜਣ ਤੋਪ ਦੇ ਗੋਲੇ ਲਗੇ ਬੁਰਜ ਹੋਣ ਟੱਠ ਕੋਲੇ ਅਗ ਲਗੀਆਂ ਮੈਲ ਓਏ ਕੋਲੇ ਖੇਲੀ ਹੋਲੀ ਚੋਦਿਆ ਚੰਡੀਆਂ ਨੇ ਕੀਤੀ ਤੋਪਾ ਜੰਗ ਵਿੱਚ ਹੰਡਿਆ ਬੋਲੀ ਨਾਲ ਮੀਂਹ ਵਰਸਣ ਲੱਗੇ ਤੂਪਾਂ ਨਾਲ ਤਖਤੀ ਡੋਣ ਲੱਗੇ ਜਦ ਵਜਨ ਜਾਉ ਤੋ ਪੰਨਾਲੀ ਉਡਾਇਆ ਭਾਂ ਕਿੰਨੀ ਫੌਜ ਨੂੰ ਮਰਨਾ ਪਏ ਨੁਕਸਾਨ ਨੇ ਸੀ ਲੱਗਦਾ ਕਿ ਗੋਲੀ ਇਸ ਤਰ੍ਹਾਂ ਵੱਧਦੀ ਸੀ ਜਿਵੇਂ ਭਾਦੋਂ ਦਾ ਸ਼ਰਾਟਾ ਵੱਧਦਾ। ਔਰ ਬਹੁਤ ਸਾਰੇ ਬੰਦਿਆਂ ਨੇ ਗਲਤ ਕਮਿਟਮੈਂਟ ਵੀ ਕੀਤੀ ਹੈ। ਪਰ ਜਿਹੜੇ ਨਿਰਪੱਖ ਬੰਦੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਸ ਵਕਤ ਦੀ ਤਸਵੀਰ ਨੂੰ ਬਿਆਨ ਕੀਤਾ ਹੈ। ਗਿਆਨੀ ਜਗਿੰਦਰ ਸਿੰਘ ਜੀ ਵਿਦਵਾਨਤੀ ਜਦੋਂ ਅਸੀਂ ਖੱਬੇ ਬੰਨਿਓ ਬਾਬਾ ਦੀਪ ਸਿੰਘ ਵਾਲੇ ਬੰਨਿਓ ਅਕਾਲ ਤਖਤ ਨੂੰ ਜਾਣਿਆ ਹੈ। ਕੱਬੇ ਪਾਸੇ ਜਿੱਥੇ ਥੱਲੇ ਕੜਾ ਪ੍ਰਸ਼ਾਦ ਮਿਲਦਾ ਉਹਦੇ ਉੱਪਰ ਰਹਿائش ਵੀ ਹੈ ਉੱਥੇ ਉਹਨਾਂ ਦੀ ਰਹਿائش ਸੀ ਮੇਰਾ ਖਿਆਲ ਹੈ ਪੀ ਹੁਣ ਵੀ ਅਜੇ ਉਹਨਾਂ ਨੇ ਉਹ ਜਿਹੜੇ ਕਮਰੇ ਉਹਨਾਂ ਕੋਲ ਹੀ ਹੈ ਉਹਨਾਂ ਦਾ ਪੀਏ ਵੀਰ ਜਗਬੀਰ ਸਿੰਘ ਜੋ ਹੁਣ ਸੰਹੋਜੇ ਹੈ ਉਹਦੇ ਕੋਲ ਕਾਫੀ ਵਾਰੀ ਅਸੀਂ ਜਾ ਕੇ ਜਲ ਪਾਣੀ ਛੱਕ ਕੇ ਆਏ ਤਾਂ ਉਹ ਉਦੋਂ ਉਦੋਂ ਵੀ ਰਹਿائش ਉਹਨਾਂ ਦੀ ਉੱਥੇ ਹੀ ਸੀ ਉਹ ਦੱਸਦੇ ਆ ਵੀ ਜਦ ਪਹਿ ਉੱਪਰੋਂ ਇਹਨਾਂ ਪਹਿਲਾ ਗੋਲਾ ਮਾਰਿਆ ਦਰਸ਼ਨੀ ਡੌੜੀ ਉਹਦੀ ਰੇਂਜ 'ਚ ਆਏ ਔਰ ਫਿਰ ਉਸ ਰੇਂਜਰ ਨੂੰ ਉਹਨਾਂ ਨੇ ਕਿਹਾ ਵੀ ਗਲਤ ਪਾਸੇ ਤੂੰ ਜਾ ਰਿਹਾ ਹੈ ਟੌਣਾ ਆਪਾਂ ਅਕਾਲ ਤਖਤ ਦਾ ਉਸ ਤੋਂ ਫਿਰ ਉਹਨੇ ਥੋੜੀ ਰੇਂਜ ਸੈੱਟ ਕਰਕੇ ਅਕਾਲ ਤਖਤ ਨੂੰ ਪਹਿਲਾ ਗੋਲਾ ਮਾਰਿਆ ਉੱਪਰਲੇ ਗੁੰਬਦ ਤੇ ਵਿਦਾਂਤੀ ਜੀ ਕਹਿੰਦੇ ਉਸ ਤੋਂ ਬਾਅਦ ਇੱਕ ਐਡਾ ਵੱਡਾ ਧਮਾਕਾ ਹੋਇਆ ਜਿਸ ਨੇ ਪੂਰੇ ਅੰਮ੍ਰਿਤਸਰ ਨੂੰ ਹਿਲਾਤਾ ਔਰ ਸਾਡੇ ਉਹ ਜਿਹੜੇ ਬੂਹੇ ਖਿੜਕੀਆਂ ਐਂਦਾ ਕਮਰੇ ਸੀ ਜਿਵੇਂ ਬਹੁਤ ਵੱਡਾ ਕੋਈ ਪਚਾਲ ਆਇਆ ਕਹਿੰਦਾ ਮੈਨੂੰ ਅਜ ਤੱਕ ਸਮਝ ਨਹੀਂ ਆਈ ਵੀ ਉਹ ਅੰਦਰ ਲਿਆ ਸਿੰਘਾਂ ਦਾ ਸੀ ਕਿ ਬਾਹਰ ਲਿਆ ਸਿੰਘਾਂ ਦਾ ਸੀ ਪਰ ਉਹਨੇ ਇੱਕ ਵਾਰੀ ਪੂਰੇ ਅਮਰਸਾਂ ਨੂੰ ਵਕਤ ਚ ਪਾ ਕੇ ਰੱਖ ਦਿੱਤਾ ਔਰ ਬਾਅਦ ਵਿੱਚ ਪਤਾ ਲੱਗਾ ਹੈ ਔਰ ਜਿਵੇਂ ਬਰਾੜ ਨੇ ਪਹਿਲੀ ਕਿਤਾਬ ਵਿੱਚ ਲਿਖਿਆ ਕਿਉਂਕਿ ਮਗਰਲੀ ਕਿਤਾਬ ਜਿਹੜੀ 2009 ਵਾਲੀ ਹੈ ਸਚਾਈ ਤੋਂ ਕਹਾ ਦੂਰ ਹੈ ਉਹਦੇ ਵਿੱਚ ਉਹ 17000 ਫੌਜੀ ਮਰਿਆ ਲਿਖਦਾ ਹੈ ਪਰ ਉਹ ਪੇਸ਼ ਨਹੀਂ ਕਰ ਸਕਿਆ ਕਿ ਉਹ ਕਿਹੜੇ ਕਿਹੜੇ ਰੈਂਕ ਦਾ ਸੀ ਕਿੱਥੋਂ ਕਿੱਥੋਂ ਦਾ ਸੀ ਕਿਉਂਕਿ ਫੌਜ ਦਾ ਸਭ ਕੁਝ ਲਿਖਤੀ ਪੜਤੀ ਹੁੰਦਾ ਹੈ ਉਹਦੇ ਵਿੱਚ ਲਿਖਿਆ ਵੀ 2 ਜੂਨ ਨੂੰ 2200 ਬੰਦਾ ਅੰਦਰ ਗਿਆ ਪੰਜਾਂ ਮਿੰਟਾਂ ਚ ਅਡਾਤਾ ਸਿੰਘਾਂ ਨੇ 2 ਜੂਨ ਨੂੰ ਸਾਰਾ ਦਿਨ ਉੱਥੇ ਮਹਿੰਗਾ ਸਿੰਘ ਦਾ ਸੰਸਕਾਰ ਹੁੰਦਾ ਰਿਹਾ ਉਹਦਾ ਪਰਿਵਾਰ ਬਾਹਰੋਂ ਆਇਆ 3 ਜੂਨ ਨੂੰ ਹਰਵੀਰ ਸਿੰਘ ਪਵਰ ਜਸਵੰਤ ਸਿੰਘ ਜੀ ਸਿੱਧੂ ਬ੍ਰਹਮਚਲਾਨੀ ਇਹ ਸਾਰੇ ਕਰਫਿਓ ਪਾਸ ਬਣਾ ਕੇ ਅੰਦਰ ਗਏ ਉਹਨਾਂ ਨੇ ਕਿਹਾ ਵੀ ਸੰਤਾਂ ਨੇ ਉਸ ਵੇਲੇ ਬਥੂਈ ਪਾਈ ਹੋਈ ਸੀ ਸਿਰ ਤੇ ਕੇਸ ਕੀ ਸੀ ਤੇ ਇਹਨਾਂ ਮਾਹੌਲ ਬਣਿਆ ਹੋਇਆ ਵੀ ਸਾਥੋਂ ਉਹਦੇ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਹੋਈ ਅਸਲ ਲੜਾਈ 4 ਜੂਨ ਨੂੰ ਮਨੇਰ ਤੋਂ ਸ਼ੁਰੂ ਹੋਈ ਐ 2 ਜੂਨ ਨੂੰ ਆਵਾਜ਼ ਆਈ ਖੁੱਲੀ ਸੀ ਤੋਂ ਵਿਦਾਂਤੀ ਸਾਹਿਬ ਕਹਿੰਦੇ ਉਸ ਤੋਂ ਬਾਅਦ ਜਿਹੜੇ ਉਹਨਾਂ ਟੈਂਕ ਅੰਦਰ ਵੜੇ ਸੀ ਉਹਨਾਂ ਟੈਂਕਾਂ ਦੇ ਨਾਲ ਵੀ ਟਕਰਾਉਂਦੀਆਂ ਚੀਜ਼ਾਂ ਵੇਖੀਆਂ ਗਈਆਂ ਉਹ ਸੀ ਰਾਕਟ ਲੈਂਚਰ ਇਧਰ ਵਾਲਿਆਂ ਕੋਲ ਔਰ ਕੱਲੋ ਇੱਕ ਫੌਜੀ ਦੇ ਘਰੇ ਅਸੀਂ ਪ੍ਰਸ਼ਾਦ ਪਾਣੀ ਛੱਕ ਕੇ ਆਏ ਆ ਉਹ ਥੋੜਾ ਜਿਹਾ ਰਿਟਾਇਰ ਹੋ ਕੇ ਪਹਿਲਾਂ ਹੁਣ ਇੱਥੇ ਆਇਆ ਜਦੋਂ ਪੂਰਾ ਪੰਜਾਬ ਕਰਫੂ ਦੇ ਦੌਰਾਨ ਸੀ ਉਦੋਂ ਉਹ ਡਿਊਟੀ ਵੀ ਬਾਹਰਲੇ ਕਰਦਾ ਰਿਹਾ ਉਹ ਕਹਿੰਦਾ ਵੀ ਇਸ ਤਰ੍ਹਾਂ ਦੇ ਰਾਕਟ ਲੈਂਚਰ ਹੁੰਦੇ ਆ ਜਿਨ੍ਹਾਂ ਨੂੰ ਇਨਸਾਨ ਮੋਢੇ ਤੇ ਚੁੱਕ ਕੇ ਚਲਾ ਸਕਦਾ ਹੈ ਔਰ ਉਹ ਟੈਂਕ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੇ ਹੈ ਬੇਸ਼ੱਕ ਉਹਨਾਂ ਨਾਲ ਟੈਂਕ ਹਵਾ ਵਿੱਚ ਨਹੀਂ ਉੱਡਦਾ ਪਰ ਉਹਨੂੰ ਨਕਾਰਾ ਕੀਤਾ ਜਾ ਸਕਦਾ ਹੈ ਜਾਨੀ ਜਿਹੜੀ ਉਹਦੇ ਉੱਤੇ ਤੋਪ ਹੁੰਦੀ ਹੈ ਉਹਨੂੰ ਭੰਨਿਆ ਜਾ ਸਕਦਾ ਹੈ ਉਹਦੀ ਮਾਲ ਨੂੰ ਤੋੜਿਆ ਜਾ ਸਕਦਾ ਹੈ ਔਰ ਇਸ ਤਰ੍ਹਾਂ ਉਹਨਾਂ ਨੇ ਵਰਤੋਂ ਕਰਕੇ ਉਹਨਾਂ ਟੈਂਕਾਂ ਨੂੰ ਨਕਾਰਾ ਕੀਤਾ ਹੋ ਸਕਦਾ ਹੈ ਜਦ ਰਾਕਟ ਲੈਂਚਰ ਮੁਗਗੇ ਹੋਣ ਫਿਰ ਕੁਝ ਸਿੰਘਾਂ ਨੇ ਦਲੇਰੀ ਕਰਕੇ ਵੀ ਇਹ ਹੋਰ ਅੱਗੇ ਨਾ ਆਉਣ ਆਪਣੇ ਲੱਕਾਂ ਦੇ ਨਾਲ ਬੰਬ ਬਨ ਕੇ ਜਾਂ ਕੁਝ ਵੀ ਬਨ ਕੇ ਉਹ ਧਮਾਕਾ ਖੇ ਸਮਗਰੀ ਜਿਹਦੇ ਨਾਲ ਉਹ ਟੈਂਕ ਨਕਾਰਾ ਹੋ ਜਾਂਦੇ ਹੋਣ ਤਾਂ ਉੱਪਰੋਂ ਛਾਲਾ ਮਾਰ ਮਾਰ ਕੇ ਇੱਕ ਜਜਬੇ ਅਧੇਨ ਉਹਨਾਂ ਟੈਂਕਾਂ ਦਾ ਵੀ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉਹਨਾਂ ਕੋ ਉਹਦੇ ਬਰਾਬਰ ਦਾ ਸਮਾਨ ਨਹੀਂ ਸੀ ਪਰ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਲੜਨ ਵਾਲਾ ਦਿਲ ਦਿੱਤਾ ਹੋਇਆ ਸੀ ਆਖੋ ਸਤਨਾਮ ਉਹ ਜਿਉਂਦੇ ਜੀ ਭਾਵੇਂ ਬੋਟੀਆਂ ਉੱਡ ਜਾਣੀਆਂ ਉਹਨਾਂ ਦੀ ਉਹਨਾਂ ਨੂੰ ਪਤਾ ਸੀ ਪਰ ਉਹ ਦੁਸ਼ਮਣ ਨੂੰ ਦੱਸ ਦੇਣਾ ਚਾਹੁੰਦੇ ਸੀ ਕਿ ਇਹ ਕੌਮ ਇੰਨੀ ਛੇਤੀ ਦਵਾਈ ਜਾਣ ਵਾਲੀ ਨਹੀਂ ਹੈ ਔਰ ਸੱਚ ਜਾਣਿਓ ਲੜਾਈ ਵੀ ਸ਼ਕਤੀ ਦੀ ਸ਼ਕਤੀ ਨਾਲ ਸੀ ਇਹ ਦਾਵਾ ਕਰਦਾ ਬਰਾੜ ਕਿ ਸਾਨੂੰ ਸਖਤ ਹਦਾਇਤ ਸੀ ਕਿ ਦਰਬਾਰ ਸਾਹਿਬ ਨੂੰ ਜ਼ਰੂਰ ਬਚਾਇਆ ਜਾਏ ਔਰ ਇਹ ਨਹੀਂ ਕਹਿੰਦਾ ਵੀ ਅਕਾਲ ਤਖਤ ਬਾਰੇ ਕੀ رائے ਸੀ ਇਹਦਾ ਸਾਫ਼ ਤੇ ਸਪਸ਼ਟ ਮਤਲਬ ਇਹ ਨਿਕਲਦਾ ਹੈ ਕਿ ਹਰਮੰਦਰ ਬੰਦਗੀ ਦਾ ਘਰ ਹੈ ਤੇ ਸਰਕਾਰ ਸੰਦੇਸ਼ ਦੇਣਾ ਚਾਹੁੰਦੀ ਸੀ ਵੀ ਅੱਖਾਂ ਮੀਟ ਕੇ ਬੰਦਗੀ ਕਰਨੀ ਚਾਹੋ ਤਾਂ ਕਰ ਸਕਦੇ ਹੋ ਪਰ ਜੇ ਤੁਸੀਂ ਸ਼ਕਤੀ ਦੀ ਗੱਲ ਕੀਤੀ ਤਾਂ ਫਿਰ ਅਡਾ ਦਿੱਤੇ ਜਾਓਗੇ ਇਸ ਕਰਕੇ ਉਹਨਾਂ ਅਕਾਲ ਤਖਤ ਨੂੰ ਢਾਹ ਦਿੱਤਾ ਤੇ ਇਹ ਜਿਹੜਾ ਬੰਦਗੀ ਦਾ ਪ੍ਰਤੀਕ ਸੀ ਸ੍ਰੀ ਹਰਮੰਦਰ ਸਾਹਿਬ ਇਹਨੂੰ ਉਹਨਾਂ ਬਚਾਉਣ ਦੀ ਕੋਸ਼ਿਸ਼ ਕੀਤੀ ਬਰਾਡ ਦੇ ਲਿਖਣ ਮੁਤਾਬਕ ਆਓ ਹੁਣ ਉਹ ਕਵਤਾ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਕਿਉਂਕਿ ਇਹ ਇਦਾਂ ਦਾ ਦਿਲਚਸਪ ਇਹ ਵਿਸ਼ਾ ਹੈ ਬਲੂ ਸਟਾਰ ਦਾ ਗੱਲਾਂ ਚੋਂ ਗੱਲਾਂ ਨਿਕਲਦੀਆਂ ਆਉਂਦੀਆਂ ਨੇ ਔਰ ਇਸ ਤੋਂ ਬਾਅਦ ਜੋ ਕੁਝ ਹੋਇਆ ਕਲਕ ਵੀਰ ਨੇ ਕਿਹਾ ਪਿੱ ਕੱਲੂ ਘਰਾ ਤੁਸੀਂ ਕਿਉਂ ਕਹਿੰਦੇ ਹੋ ਮੈਂ ਕਿਹਾ ਯਾਰ ਗੱਲ ਤਾਂ ਬੜੀ ਸਪਸ਼ਟ ਹੈ ਪਿੱ ਕੱਲੂ ਘਰੇ ਜੇ ਤੁਸੀਂ ਅਰਥ ਸਮਝਦੇ ਹੋਵੋ ਜਿੱਥੇ ਲੜਨ ਵਾਲੀ ਧਿਰ ਤੋਂ ਬਾਅਦ ਉਸ ਧਿਰ ਦੇ ਬੱਚਿਆਂ ਨਾਲ ਜਨਾਨੀਆਂ ਨਾਲ ਜਾਂ ਨਿਰਦੋਸ਼ੇ ਲੋਕਾਂ ਨੂੰ ਮਗਰ ਬਾਹਾਂ ਬਨ ਕੇ ਗੋਲੀਆਂ ਮਾਰੀਆਂ ਜਾਂਦੀਆਂ ਇਹਨੂੰ ਆਪਾਂ ਕੱਲੂ ਘਰਾ ਕਹਿੰਦੇ ਆ ਕਿਉਂਕਿ ਉਹ ਲੜਾਈ ਵਿੱਚ ਸ਼ਾਮਲ ਨਹੀਂ ਸੀ ਔਰ ਸਰਾਂ ਦੇ ਵਿੱਚ ਬੱਚੇ ਨੂੰ ਮਾਂ ਦੀ ਛਾਤੀ ਤੋਂ ਚੁੱਕ ਕੇ ਮਾਰਿਆ ਜਾਂਦਾ ਤੇ ਡੈਂਟੀਫਾਈ ਹੈ ਇਹ ਬੱਚਾ ਬੱਚਾ ਹੀ ਹੈ ਨਾ ਉਹਦੇ ਕੋਲ ਰੈਫਲ ਨਾ ਸਟੇਨਗਨ ਨਾ ਉਹਦੀ ਉਮਰ ਹੈ ਤੇ ਜੇ ਇਸ ਦੇ باوجود ਵੀ ਬੱਚੇ ਨੂੰ ਮਾਰ ਦਿੱਤਾ ਜਾਂਦਾ ਤਾਂ ਕੱਲੂ ਘਰ ਕਰਨ ਨੂੰ ਕਵਾਂਗੇ ਆਪਾਂ ਲਾਂਡਾਂ ਵਾਲੇ ਤਾਂ ਅੰਦਰ ਉਹ ਤਾਂ ਜਾਂ ਸ਼ਹੀਦ ਹੁੰਦੇ ਆ ਤੇ ਜਾਂ ਤੁਹਾਨੂੰ ਮਾਰਦੇ ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇੱਕ ਗਿਣੀਮਤੀ ਸਾਜ਼ਿ ਦੇ ਮੁਤਾਬਕ ਪੰਜਾਬ ਦੀ ਜਵਾਨੀ ਖਤਮ ਕੀਤੀ ਜਾਂਦੀ ਜਿਹਦੇ ਵਿੱਚ ਸਭ ਤੋਂ ਵੱਡਾ ਰੋਲ ਇੰਦਰਾ ਗਾਂਧੀ ਦਾ ਹੈ ਔਰ ਹਰਕ੍ਰਿਸ਼ਨ ਸਰਜੀਤ ਵੀ ਇਤੋਂ ਨਹੀਂ ਵੱਧ ਸਕਦਾ ਸਭ ਤੋਂ ਵੱਧ ਸਲਾਵਾ ਉਹ ਦਿੰਦਾ ਸੀ ਤੋ ਇਸ ਕਰਕੇ ਇਹਨੂੰ ਕੱਲੂ ਘਾਰਾ ਕਿਹਾ ਜਾਂਦਾ ਵੀ ਇਹਦੇ ਵਿੱਚ ਲੜਨ ਵਾਲਾ 150 ਬੰਦਾ ਸੀ ਬਾਕੀ ਜਿਹੜੇ ਹਜ਼ਾਰਾਂ ਮਾਰਤੇ ਨਿਰਦੋਸ਼ ਹੋ ਇਸ ਕਰਕੇ ਮਾਰਤੇ ਵੀ ਉਹਨਾਂ ਦਾ ਸਿੱਖਾਂ ਨਾਲ ਸੰਬੰਧ ਸੀ ਉਹਨਾਂ ਦਾ ਉਸ ਦਰਬਾਰ ਨਾਲ ਸੰਬੰਧ ਸੀ ਉਹਨਾਂ ਦਾ ਉਸ ਕੌਮ ਨਾਲ ਸੰਬੰਧ ਸੀ ਤੇ ਜਦੋਂ ਕਿਸੇ ਕੌਮ ਦੀ ਪਨੀਰੀ ਨੂੰ ਕੋਈ ਜ਼ਾਲਮ ਹਥਿਆਰਾ ਟਾਰਗੇਟ ਬਣਾ ਕੇ ਬਿਨਾ ਦੋਸ਼ ਸਿੱਧ ਕੀਤੇ ਬਿਨਾ ਮੁਕਦਮਾ ਚਲਾਏ ਬਿਨਾ ਪੜਤਾਲ ਕੀਤੇ ਸ਼ਰੇਆਮ ਗੋਲੀਆਂ ਨਾਲ ਅਡਾ ਕੇ ਲੋਕਾਂ ਦੇ ਲਾਸ਼ਾਂ ਦੇ ਢੇਰ ਵਿੱਚ ਬਦਲ ਦੇ ਇਹਨੂੰ ਫਿਰ ਕੱਲੂਕਾਰ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਹੈ ਕਿ ਸਮੁੱਚੇ ਰੂਪ ਵਿੱਚ ਕਿਸੇ ਕੌਮ ਦੀ ਤਬਾਹੀ ਕਰਨੇ ਇਸ ਕਰਕੇ ਇਹਨੂੰ ਆਪਾ ਤਜਾ ਕੱਲੂਕਾਰਾ ਕਹਿੰਦੇ ਆ ਕਿਉਂਕਿ ਉੱਥੇ ਆਰਮੀ ਅੰਨੇ ਹੋ ਗਏ 10 ਲੱਖ ਸ਼ਰਾਬ ਦੀ ਬੋਤਲ ਪੰਜਾਬ ਅਕਸੈਜ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕਰਾਈ ਗਈ ਜਿਹੜੀ ਵਿਸ਼ੇਸ਼ ਆਰਮੀ ਵਾਸਤੇ ਸੀ ਔਰ ਇਸ ਢੰਗ ਨਾਲ ਵੀ ਇਹਨਾਂ ਦੇ ਦਿਮਾਗ 'ਚ ਇਹਨਾਂ ਨਸ਼ਾ ਹੋ ਜਾਏ ਇਹ ਉੱਥੇ ਰੱਬ ਦੇ ਘਰ ਨੂੰ ਰੱਬ ਦਾ ਕਾਰੀਨਾ ਸਮਝਣ ਜੋ ਇਹਨਾਂ ਦੇ ਸਾਹਮਣੇ ਆਵੇ ਬੱਚਾ ਬੁੱਢਾ ਉਹਨੂੰ ਗੋਲੀ ਨਾਲ ਮਾਰ ਦੇਣ ਇਹ ਸਚਾਈ ਹੈ ਲਿਖਤੀ ਪੜਤੀ ਇਹਨੂੰ ਤੁਸੀਂ ਟਾਲ ਨਹੀਂ ਸਕਦੇ ਪਰ ਫਿਰ ਵੀ ਉਹਨਾਂ ਯੋਧਿਆਂ ਦੇ ਸ਼ਾਬਾਸ਼ ਹੈ ਉਹਨਾਂ ਨੇ ਵਕਤ ਦੀ ਸਭ ਤੋਂ ਵੱਡੀ ਤਾਕਤ ਨਾਲ ਹਾਰ ਨਹੀਂ ਮੰਨੀ ਨਾ ਉਹਨਾਂ ਗੋਡੇ ਟੇਕੇ ਜਦ ਤੱਕ ਉਹਨਾਂ ਦੀਆਂ ਰੂਹਾਂ ਵਿੱਚ ਦਮ ਰਿਆ ਉਹ ਇਸ ਫੌਜ ਦਾ ਟੱਕਰਾ ਕਰਦੇ ਰਹੇ ਵੀਰ ਭਪਿੰਦਰ ਸਿੰਘ ਦੀ ਲਿਖੀ ਹੋਈ ਰਚਨਾ ਕਿਵੇਂ ਯੋਧਿਆਂ ਨੇ ਫਿਰ ਟੈਂਕਾਂ ਨੂੰ ਵੀ ਢਾਉਣ ਦੀ ਕੋਸ਼ਿਸ਼ ਕੀਤੀ ਆਪਣੀ ਹਿੰਮਤ ਨਾਲ ਬਾਡੀਆਂ ਨਾ ਬੰਬ ਬਣ ਕੇ ਡਿੱਗ ਟੈਂਕਾਂ ਉੱਤੇ ਛੱਡ ਕੇ ਝਕਾਰੇ ਬਾਡੀਆਂ ਨਾ ਬੰਬ ਬਣ ਕੇ ਡਿੱਗ ਟੈਂਕਾਂ ਉੱਤੇ ਛੱਡ ਕੇ ਝਕਾਰੇ ਬਾਡੀਆਂ ਨਾ ਬੰਬ ਬਣ ਕੇ 6 ਜੂਨ ਦਾ ਨ ਪਗਦੇ ਨ ਚੜਿਆ ਹੌਂਦ ਟੈਂਕਾਂ ਦਾ ਵਰਕਰ ਮਾਝ ਵੜਿਆ ਬੋਲੇ ਟੈਂਕਾਂ ਚੋਂ ਵਰੌਂਦੇ ਦਾੜ ਦਾੜਿਆ ਬੋਲੇ ਟੈਂਕਾਂ ਚੋਂ ਵਰੌਂਦੇ ਤਾੜ ਤਾੜਿਆ ਬਾਡੀਆਂ ਨਾ ਪੰਪ ਬੰਨ ਕੇ ਡਿੱਗ ਟੈਂਕਾਂ ਉੱਤੇ ਛਾਟ ਕੇ ਜ਼ਕਾਰੇ ਬਾਡੀਆਂ ਨਾ ਪੰਪ ਬੰਨ ਮਿੱਤੋਂ ਵਾਰ ਦੀ ਸੇਹ ਸੀਤਬਾਈ ਗੁਰੂ ਘਰ ਦੀ ਸੇਹ ਸੀਤਬਾਈ ਗੁਰੂ ਘਰ ਦੀ ਸਿੱਖ ਕੌਮ ਨਾ ਜਿਉਂਦੇ ਜੀ ਜਰਦੀ ਸਿੱਖ ਕੌਮ ਨਾ ਜਿਉਂਦੇ ਜੀ ਜਰਦੀ ਦਲੇਰੀ ਦੀਆਂ ਬਾੜ ਜੀ ਹੱਦਾਂ ਹੋ ਗਈਆਂ ਦਲੇਰੀ ਦੀਆਂ ਬਾੜ ਜੀ ਜਦੋਂ ਟੰਕਾਂ ਵਾਲੀ ਮੋਰ ਦਿੱਤੀ ਵਾਰ ਜੀ ਜਦੋਂ ਟੰਕਾਂ ਵਾਲੀ ਮੋਰ ਦਿੱਤੀ ਵਾਰ ਦੀ ਜਾਂਦਾ ਤਰਗਾ ਪੂਰੀ ਵੀ ਬਲਹਾਰ ਜੀ ਜਾਂਦਾ ਤਰਗਾ ਪੂਰੀ ਵੀ ਬਲਹਾਰ ਦੀ ਦੇਖ ਤਾਲੋਂ ਗੱਲਾਂ ਸੱਚੀਆਂ ਉਚਾਰੇ ਬਾਤੀਆਂ ਨਾ ਬੰਬ ਬਨ ਕੇ ਛੱਡ ਕੇ ਜਕਾਰੇ ਬਾਦੀਆਂ ਨਾ ਬੰਬ ਬਨ ਕੇ ਢਿੱਗੇ ਟੰਕਾ ਉੱਤੇ ਛੱਡ ਕੇ ਜਕਾਰੇ ਬਾਦੀਆਂ ਨਾ ਬੰਬ ਬਨ ਕੇ 6 ਜੂਨ ਨੂੰ ਸਵੇਰੇ ਸੰਤ ਜੀ ਸ਼ਹੀਦ ਹੋ ਗਏ ਜਰਨਲ ਸ਼ਿਵਕ ਸਿੰਘ ਜੀ ਉਹਨਾਂ ਤੋਂ ਪਹਿਲਾਂ ਸ਼ਹੀਦ ਹੋ ਗਏ ਮੌਕੇ ਦੇ ਗਵਾਹ ਦੱਸਦੇ ਵੀ ਭਾਈ ਅਮਰੀਕ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਜੀ ਨੇ ਇਕੱਠਿਆਂ ਸ਼ਹਾਦਤ ਦਾ ਜੰਮ ਪੀਤਾ ਇਸੇ ਦਿਨ ਸ਼ਾਮ ਨੂੰ 2 ਘੰਟੇ ਕਰਫੂ ਵਿੱਚ ਢਿੱਲ ਵੀ ਦਿੱਤੀ ਜਾਂਦੀ ਹੈ ਉਸ ਢਿੱਲ ਦੌਰਾਨ ਹੀ ਕੁਝ ਫਿਰਕਾ ਪ੍ਰਸਤ ਹਿੰਦੂ ਪੰਗੜਾ ਪਾਉਂਦੇ ਵੇਖੇ ਗਏ ਆਰਮੀ ਵਾਲਿਆਂ ਨੂੰ ਵਧਾਈਆਂ ਦਿੰਦੇ ਵੇਖੇ ਗਏ ਔਰ ਪੂਰੀਆਂ ਦਾ ਪ੍ਰਸ਼ਾਦ ਵੰਡਦੇ ਵੇਖੇ ਗਏ ਉਹਨਾਂ ਵਿੱਚ ਭਾਜਪਾ ਦਾ ਲੀਡਰ ਦਾਇਆ ਸਿੰਘ ਸੋਢੀ ਵੀ ਸੀ ਖੈਰ ਇਹ ਇਸ ਕਹਾਣੀ ਦੇ ਨਾਲ ਇਹ ਕਹਾਣੀ ਨਹੀਂ ਮੁੱਕਦੀ ਗੋਲੀ ਤਾਂ 8 ਜੂਨ ਤੱਕ ਚੱਲਦੀ ਰਹਿੰਦੀ ਹੈ ਜਿਸ ਦਿਨ ਗਿਆਨੀ ਜਲ ਸਿੰਘ ਖੁਦ ਦਰਬਾਰ ਸਭ ਆਉਂਦਾ ਇੰਦਰਾ ਦਾ ਭੇਜਿਆ ਹੋਇਆ ਪਰ ਅਸਲ ਵਿੱਚ 6 ਜੂਨ ਨੂੰ ਸਵੇਰੇ 9:30 ਵਜੇ ਦੇ ਕਰੀਬ ਸੰਤਾ ਜੀ ਦੀ ਸ਼ਹਾਦਤ ਚਿੱਟੇ ਦਿਨ ਵਾਂਗ ਤੱਕ ਹੋ ਗਈ ਸੀ ਉਹ ਆਪਣਾ ਜਿਹੜਾ ਉਹਨਾਂ ਬਚਨ ਕਿਹਾ ਸੀ ਵੀ ਮੈਨੂੰ ਜਿਉਂਦਿਆਂ ਤ ਨਹੀਂ ਕੋਈ ਹੱਥ ਲਾ ਸਕਦਾ ਤੇ ਜਦੋਂ ਮੇਰੇ ਸਰੀਰ ਤੋਂ ਪ੍ਰਾਣ ਨਿਕਲ ਗਏ ਸਾਹਾਂ ਦੀ ਡੋਰੀ ਟੁੱਟ ਗਈ ਕਹਿੰਦਾ ਫਿਰ ਮਰੇ ਨੂੰ ਭਾਵੇਂ ਜਿੱਥੇ ਮਰਜੀ ਲੈ ਜਾਣ ਫਿਰ ਤੇ ਉਦੋਂ ਨੂੰ ਜੋ ਸ਼ਹਾਦਤ ਦਾ ਰਤਬਾ ਉਹ ਬਰਾਬਰ ਹੋ ਜਾਣਾ ਇਸ ਤਰ੍ਹਾਂ ਉਹਨਾਂ ਯੋਧਿਆਂ ਨੇ ਦਰਬਾਰ ਸਾਹਿਬ ਦੀ ਅਜਮਤ ਤੋਂ ਆਪਣੀਆਂ ਜਾਨਾਂ ਵਾਰ ਕੇ ਇਹ ਸਾਕੇ ਦੌਰਾਨ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਖਵਾਲੀ ਕਰਕੇ ਆਪਣੀ ਕੁਰਬਾਨੀ ਪਰਿਆ ਇੱਕ ਇਤਿਹਾਸ ਸਿਰਜਿਆ ਜਿੰਨੂੰ ਹਰ ਸਾਲ ਹੀ ਗਾਉਨੇ ਆ ਹਰ ਸਾਲ ਹੀ ਪੜ੍ਹਨੇ ਆ ਹਰ ਸਾਲ ਸੁਣਦੇ ਆ ਫੇਰ ਵੀ ਕੁਝ ਨਾ ਕੁਝ ਉਹਦੇ ਵਿੱਚ ਨਵਾਂ ਐਡ ਹੁੰਦਾ ਜਾਂਦਾ ਕਿਉਂਕਿ ਇਹ ਸਾਡੀ ਦਿਲਚਸਪੀ ਵਾਲਾ ਇਤਿਹਾਸ ਹੈ ਅਜੇ ਤਾਜ਼ਾ ਤਾਜ਼ਾ ਇਹ ਕੰਮ ਹੋਇਆ ਕੌਮ ਨੂੰ ਇਹਦਾ ਦਰਦ ਭੁੱਲਿਆ ਨਹੀਂ ਜਿਵੇਂ ਮੈਂ ਇੱਕ ਕਵਿਤਾ ਵਿੱਚ ਲਿਖਿਆ ਸੀ ਭਾਗੋ ਵਾਲੀ ਆ ਮਿਟ ਜਾਂਦੇ ਨੇ ਫਟ ਸਰੀਰਾਂ ਦੇ ਜ਼ਖਮ ਰੂਹਾਂ ਦੇ ਜੁੱਗਾਂ ਤਿੱਕਰ ਰਸਦੇ ਰਹਿੰਦੇ ਨੇ ਇਹ ਰੂਹਾਂ ਦਾ ਜ਼ਖਮ ਹੈ ਹੁਣ ਅਗਲਾ ਪ੍ਰੋਗਰਾਮ ਗਿਆਨੀ ਸਰਬਜੀਤ ਸਿੰਘ ਜੀ ਆਪ ਜੀ ਨਾਲ ਸਾਂਝ ਕਰਨਗੇ ਬੀਬੀ ਬਲਜੀਤ ਕੌਰ ਜੀ ਸੰਧੂ ਔਰ ਸਾਰਾ ਉਹਨਾਂ ਦਾ ਟਾਡੀ ਜੱਥਾ ਹਾਜ਼ਰ ਹੈ ਹੋਈਆਂ ਪੁੱਲਾਂ ਦੀ ਖਿਮਾ ਜੀ ਕੋਈ ਸ਼ਬਦਵਾਦ ਦਾ ਕਟਾ ਕਿਹਾ ਗਿਆ ਹੋਵੇ ਸਮੁੱਚੀ ਸਿੱਖ ਸੰਗਤ ਤੋਂ ਖਿਮਾ ਫਤਿਹ ਅਰਦੀ ਕਲਾ ਨਾਲ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ